आप बंदा एक बार ये कहना जरूर आ कि सही पढ़ दे तू मैं अच्छा कन्ना दे पढ़ दे तो लेंदे हो अच्छा पर वो पढ़दा तो लेंदे हो कोई बंदा कहता यार राती मेरी अकल ते ही पढ़दा पै गया या फिर वो पढ़दा तो लेंदे हो जड़ी फिल्म आई सी पढ़दे में रहने दो अजी की कर दे देखने वाले नु सुनने वाले नु अस्सलाम वालेकुम नाज़रीन तुसी वेख रहे हो सूबा टीवी ते मैं तुहाडा अपना नईम शौकी तुहाडे लई वधिया ते हसण वाला शो लैके हाजिर होया जिहदा नाम शुगल मेला एंड तक वेख्या करो बहुत मजा आउंदा ते दिखाउने आ तुहानू अज दा शुगल मेला वधिया काम बहुत वधिया ते तुहानू सारा विजिट करा देंगे तुसी परेशान नहीं होना जी अच्छा जी वो कुछ चीज़ा धोआउणियां सी तुहाडे कोलों जिन्नियां मर्जी धोआओ अहीं कपड़े ही धोने भाई हर चीज़ धो लैंदे हो हाँ जी भाई अच्छा रजाई धोने के किन्ने पैसे लैंदे हो देखो जी रजाई अहीं जिहड़ी ना अपना धोने आ जी कोई 100 रुपया लै लैंदे उहदा कुछ घट करो ये बहुत ज्यादा रजाइया साढ़े को बहुत ने किनिया रजाइया किनिया को गुरस है भाजी रजाइया गुरस गोलिया ने कि गुरस होएगा रजाइया तो बहुत रजाइया साढ़े को भाजी तुसी दसो खुल के कुछ घट कर लो बंदे होंदे अपने को काम करने वाले बंदे भाजी ढेर अपने को आर्डर असीं तुहानू वड्डा देना हांजी साडा काम होना जिहदा टाइम नाल भाजी बेफिक्र होइओ बहावलपुर तो बंदे आए हैं मेरे अपने जानने वाले सारे भरा अच्छा काम कर रहे हैं तुसी नहीं घबराउणा ਤੁਹਾਨੂੰ ਬਕਾਇਦਾ ਤੁਹਾਡੇ ਟਾਈਮ ਤੇ ਚੀਜ਼ਾਂ ਮਿਲ ਜਾਣਗੀਆਂ ਅੱਛਾ ਸਾਡੇ ਇੱਕ ਦਾਦਾ ਜੀ ਨੇ ਹਾਂਜੀ ਉਹਨਾਂ ਦਾ ਲਾਚਾ ਕੁੜਤਾ ਧੋ ਦਿਓਗੇ ਧੋ ਲਾਂਗੇ ਜੀ ਉਹ ਲਾਉਂਦੇ ਨਹੀਂ ਉਹਨਾਂ ਸਮੇਤ ਧੋਣਾ ਨਾਲੇ ਉਹ ਨਹਾ ਵੀ ਲੈਣਗੇ ਨਾਲੇ ਲਾਚਾ ਕੁੜਤਾ ਧੋ ਜਾਏਗਾ ਭਾਜੀ ਕਿਹੋ ਜੀ ਗੱਲ ਕਰਦੇ ਪਏ ਤੁਸੀਂ ਕੱਪੜੇ ਧੋਏ ਨਹੀਂ ਅਸੀਂ ਧੋਂਦੇ ਜੀ ਇੰਜ ਚਾਚੇ ਮੇਰੇ ਦੇ ਪੁੱਤਰ ਬੜਾ ਦਿੱਤੀ ਅੱਛਾ ਉਹਨੇ ਨਾ ਬੋਸਕੀ ਦਾ ਸੂਟ ਲਾ ਨਹੀਂ ਰਿਹਾ ਅੱਛਾ ਮੈਂ ਕਹਿੰਦਾ ਮੋਟਰਸਾਈਕਲ ਤੇ ਆਵੇ ਉਹਨੂੰ ਮੋਟਰਸਾਈਕਲ ਸਮੇਤ ਮਸ਼ੀਨ 'ਚ ਸੁੱਟ ਦਿਓ ਨਾਲੇ ਗੱਡੀ ਧੋ ਜਾਏਗੀ ਨਾਲੇ ਸੂਟ ਧੋ ਜਾਏਗਾ ਨਾਲੇ ਮੁੰਡਾ ਨਾ ਲੈਗਾ ਭਾਜੀ ਤੁਸੀਂ ਦੇਖੋ ਜਿਹੜੀ ਗੱਲ ਹੈ ਉਹ ਕਰੋ ਕੱਪੜਿਆਂ ਦੀ ਤੁਸੀਂ ਬੰਦੇ ਤੇ ਮੋਟਰਸਾਈਕਲ ਤੇ ਅਸੀਂ ਤੁਸੀਂ ਰੈਂਪ ਤੇ ਆਏ ਹੋ ਭਾਜੀ ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ ਭਾਜੀ ਬਸ ਵੱਡੇ ਤੋਂ ਵੱਡਾ ਆਰਡਰ ਤੁਸੀਂ ਧੋ ਰਹੇ ਭਾਜੀ ਜਿੱਡਾ ਮਰਜ਼ੀ ਵੱਡਾ ਆਰਡਰ ਹੋਵੇ ਆਹ ਵੇਖੋ ਤੁਸੀਂ ਮਸ਼ੀਨ ਲੱਗੀ ਤੁਹਾਨੂੰ ਨਜ਼ਰ ਆ ਰਹੀ ਹੈ ਉੱਤੇ ਅੱਗ ਵੀ ਬਲ ਰਹੀ ਮੇਰੀ ਸਿਰੀ ਭੁੰਨ ਦਿਓਗੇ ਕਿਹੋ ਜੀ ਗੱਲ ਕਰ ਰਹੇ ਹੋ ਭਾਜੀ ਇਹ ਕੱਪੜੇ ਧੋਨੇ ਅਸੀਂ ਨਹੀਂ ਤੇ ਤੁਸੀਂ ਥੱਲੇ ਕੱਪੜੇ ਪਾਏ ਉੱਤੇ ਤੁਸੀਂ ਅੱਗ ਲਾਈ ਕੋਈ ਨੁਕਸਾਨ ਹੋ ਜੇ ਭਾਜੀ ਨਹੀਂ ਇਹ ਡਰਾਈ ਕਲੀਨ ਹੁੰਦੇ ਆ ਕੱਪੜੇ ਅੱਛਾ ਡਰਾਈ ਕਲੀਨ ਹਾਂਜੀ ਵਾਲ ਡਰਾਈ ਸੁਣੇ ਸੀ ਤੁਸੀਂ ਕੱਪੜੇ ਡਰਾਈ ਕਹਿ ਰਹੇ ਹੋ ਭਾਜੀ ਬੰਦਾ ਘੱਟੇ ਜਾਵੇ ਤੇ ਔਰਤਾਂ ਨਹੀਂ ਕਹਿੰਦੀਆਂ ਤੇਰਾ ਮੂੰਹ ਬੜਾ ਡਰਾਈ ਲੱਗ ਰਿਹਾ ਮੈਂ ਤੇ ਉਹ ਸਮੇਂ ਰਹੇ ਭਾਜੀ ਤੁਸੀਂ ਸਾਨੂੰ ਡਰਾਈ ਜਾ ਰਹੇ ਹੋ ਤੁਸੀਂ ਇਸ ਗੱਲ ਨੂੰ ਛੱਡੋ ਤੁਸੀਂ ਇਹ ਦੱਸੋ ਕਿ ਤੁਹਾਡੇ ਕੱਪੜੇ ਕਿੰਨੇ ਗਿਆ ਕੱਪੜੇ ਆਰਡਰ ਆ ਸਾਡਾ ਵੱਡਾ ਹਾਂਜੀ ਹਾਂਜੀ ਤੁਸੀਂ ਟੈਨਸ਼ਨ ਨਹੀਂ ਲੈਣੀ ਕਾਦੀ ਪੈਸੇ ਖੁੱਲੇ ਤੁਸੀਂ ਲਵੋ ਆਪਣੇ ਬਾਅਦ ਆਰਡਰ ਵੱਡਾ ਤੁਸੀਂ ਅੱਛਾ ਪੜਦੇ ਸਾਡੇ ਨਾਲ ਬੜੇ ਨਫੀਸ ਆ ਪੜਦੇ ਅਸੀਂ ਭਾਈ ਪੜਦੇ ਐਸੇ ਚਮਕਾ ਕੇ ਦਿੰਦੇ ਅਗਲੇ ਨੂੰ ਅਗਲਾ ਬੰਦਾ ਇੱਕ ਵਾਰੀ ਇਹ ਕਹਿੰਦਾ ਜ਼ਰੂਰ ਆ ਕਿ ਸਹੀ ਪੜਦੇ ਤੂੰ ਬੇ ਅੱਛਾ ਕੰਨਾਂ ਦੇ ਪੜਦੇ ਧੋ ਲੈਂਦੇ ਹੋ ਭਾਈ ਜੀ ਅਸੀਂ ਕੰਨਾਂ ਦੇ ਪਰਦੇ ਨਹੀਂ ਧੋਂਦੇ ਭਾਜੀ ਅੱਛਾ ਫਿਰ ਉਹ ਪੜਦਾ ਧੋ ਲੈਂਦੇ ਹੋ ਕੋਈ ਬੰਦਾ ਕਹਿੰਦਾ ਯਾਰ ਰਾਤੀ ਮੇਰੀ ਅਕਲ ਤੇ ਹੀ ਪੜਦਾ ਪੈ ਗਿਆ ਭਾਜੀ ਕੀ ਕਰਦੇ ਪਏ ਹੋ ਅਸੀਂ ਉਹ ਵੀ ਨਹੀਂ ਧੋਂਦੇ ਜੀ ਜਾਂ ਫਿਰ ਉਹ ਪੜਦਾ ਧੋ ਲੈਂਦੇ ਹੋ ਜਿਹੜੀ ਫਿਲਮ ਆਈ ਸੀ ਪੜਦੇ ਮੇ ਰਹਿਣੇ ਦੋ ਭਾਜੀ ਕੀ ਕਰਦੇ ਪਏ ਹੋ ਅਸੀਂ ਉਹ ਪੜਦੇ ਨਹੀਂ ਧੋਂਦੇ ਜਨਾਬ ਹਾਂ ਅਸੀਂ ਉਹ ਪੜਦਾ ਧੋ ਲੈਂਦੇ ਜਿਹੜਾ ਬੰਦਾ ਕਹਿੰਦਾ ਜੀ ਇੱਧਰ ਮੁੰਡਾ ਵਿਆਹ ਲਓ ਘਰ ਪੜਦੇ ਵਾਲਾ ਭਾਈ ਤੁਸੀਂ ਇਹ ਗੱਲ ਪੜਦੇ ਜੀ ਨਹੀਂ ਰਹਿਣ ਦਿੰਦੇ ਤੁਸੀਂ ਸਾਡੇ ਕੋਲ ਪੜਦੇ ਤੋਂ ਆਓ ਤੁਸੀਂ ਕਿਹੜੇ ਪੜਦਿਆਂ ਦੀ ਗੱਲ ਕਰ ਅੱਛਾ ਗੱਲ ਸੁਣੋ ਗੱਲ ਆਰਡਰ ਸਾਡਾ ਵੱਡਾ ਭਾਜੀ ਤੁਸੀਂ ਉਹ ਪੜਦਾ ਧੋ ਲੈਂਦੇ ਹੋ ਕਿਹੜਾ ਜੀ ਉਹ ਜਿਹੜਾ ਅਕਸਰ ਮਾਈਆਂ ਨਹੀਂ ਕਹਿੰਦੀਆਂ ਆ ਪੜਦਾ ਮੇਰਾ ਧੁੰਦਲਾ ਧੁੰਦਲਾ ਉਹ ਧੋ ਲੈਂਦੇ ਹੋ ਯਾਰ ਕਿਹੜੇ ਅਜ਼ਾਬ 'ਚ ਫਸ ਗਿਆ ਉਹ ਭਾਈ ਜੀ ਅਸੀਂ ਨਾ ਅੱਖ ਦਾ ਪੜਦਾ ਨਾ ਕੰਨ ਦਾ ਪੜਦਾ ਨਾ ਦਿਮਾਗ ਦਾ ਪੜਦਾ ਹਾਂ ਅਸੀਂ ਨਾ ਅਕਲ ਵਾਲਾ ਪੜਦਾ ਅਸੀਂ ਸਿਰਫ ਜਿਹੜੇ ਪੜਦੇ ਘਰਾਂ 'ਚ ਨਹੀਂ ਪੈਂਦੇ ਹਾਂ ਜਾਂ ਜਿਹੜੇ ਆ ਬਾਹਰ ਠੇਠਰਾਂ 'ਚ ਪੈਂਦੇ ਪੜਦੇ ਅਸੀਂ ਇਹ ਪੜਦੇ ਧੋਨੇ ਆ ਓਏ ਹੁਣ ਮੈਨੂੰ ਸਮਝ ਲੱਗੀ ਹਾਂਜੀ ਉਹ ਪੜਦਾ ਧੋ ਲੈਂਦੇ ਹੋ ਕਿਸੇ ਬੰਦੇ ਨੂੰ ਪੁੱਛਿਆ ਯਾਰ ਮਹੀਨੇ ਦਾ ਕੀ ਕਮਾ ਲੈਣਾ ਉਹ ਕਹਿੰਦਾ ਬਸ ਯਾਰ ਪੜਦਾ ਹੀ ਬਣਿਆ ਭਾਈ ਜੀ ਤੁਸੀਂ ਕਪਾ ਰਹੇ ਹੋ ਬੰਦੇ ਅੰਦਰ ਲੇਬਰ ਕੰਮ ਕਰ ਰਹੀ ਮੈਂ ਰਾਤ ਨੂੰ ਮਾਲਕਾਂ ਨੂੰ ਹਿਸਾਬ ਤਾਬ ਦੇਣਾ ਹੁੰਦਾ ਅੱਛਾ ਇਹ ਪੜਦੇ ਨਹੀਂ ਤੁਸੀਂ ਧੋਂਦੇ ਇਹ ਪੜਦੇ ਨਹੀਂ ਅਸੀਂ ਧੋਂਦੇ ਉਹ ਪੜਦੇ ਧੋ ਲੈਂਦੇ ਤੇ ਪਾਏ ਨੇ ਇਹਨਾਂ ਦੇ ਨਾ ਜਾਣਾ ਪੜਦੇ ਤੇ ਪਿੱਛੇ ਕੁਝ ਹੋਰ ਆ ਯਾਰ ਭਾਈ ਤੇਰਾ ਦਿਮਾਗ ਠੀਕ ਹੈ ਯਾਰ ਦੱਸ ਟਾਈਮ ਜ਼ਾਇਆ ਹੋ ਰਿਹਾ ਬੰਦੇ ਅੰਦਰ ਕੰਮ ਕਰ ਰਹੇ ਹੋਵੇ ਬੰਦੇ ਆਏ ਵੀ ਆਜੋ ਆਜੋ ਤੁਸੀਂ ਆਪਣਾ ਕੰਮ ਜਾਣਨਾ ਰੋਕੋ ਤੁਹਾਡੀ ਮਿਹਰਬਾਨੀ ਹੈ ਗਾਹਕ ਇਤਰੇ ਤੁਹਾਨੂੰ ਬਤਾਉਂਦੇ ਨੇ ਉਹ ਪੜਦਾ ਧੋ ਲੈਂਦੇ ਤੁਸੀਂ ਕਿਹੜਾ ਭਾਈ ਉਹਦਾ ਕਹਿੰਦਾ ਯਾਰ ਪੜਦੇ ਤੇ ਫਿਲਮ ਲੱਗੀ ਰਾਤੀ ਮਜ਼ਾ ਆ ਗਿਆ ਭਾਈ ਤੁਸੀਂ ਇਹਨਾਂ ਗੱਲਾਂ ਨੂੰ ਛੱਡੋ ਤੁਸੀਂ ਦੱਸੋ ਤੁਸੀਂ ਬੈੱਡ ਸ਼ੀਟਾਂ ਧੋ ਲਓ ਸਿਰਹਾਣੇ ਧੋ ਲਓ ਜ਼ਿਆਦਾ ਬੈੱਡ ਸ਼ੀਟਾਂ ਧੋ ਲੈਂਦੇ ਹੋ ਹਾਂਜੀ ਭਾਈ ਮਤਲਬ 4-5 ਹਜ਼ਾਰ ਅਗਰ ਬੈੱਡ ਸ਼ੀਟ ਹੋਵੇ ਤੇ ਭਾਜੀ ਭਾਵੇਂ ਲੱਖ ਹੋਵੇ ਸਾਨੂੰ ਕਿ ਅਸੀਂ ਧੋਣੀ ਮਸ਼ੀਨ 'ਚ ਸੁੱਕਣੀ ਹੈ ਮੈਨੂੰ ਫਿਰ ਤੁਸੀਂ 2 ਸਾਲ ਦਾ ਟਾਈਮ ਦੇ ਦਿਓ ਇੰਨੀਆਂ ਇਕੱਠੀਆਂ ਕਰਦੇ ਆ ਮੈਨੂੰ ਟਾਈਮ ਲੱਗ ਜਾਣਾ ਭਾਈ ਤੈਨੂੰ ਕੀ ਪੀ ਆ ਤੂੰ ਆਪਣੇ ਘਰ ਦੇ ਕੱਪੜੇ ਤੋਂ ਆ ਬੈੱਡ ਸ਼ੀਟਾਂ ਘਰ ਦੀਆਂ ਤੋਂ ਆ ਸਿਰਹਾਣੇ ਤੋਂ ਆ ਤੂੰ ਲੋਕਾਂ ਦੀਆਂ ਇਕੱਠੀਆਂ ਕਰਨ ਤੁਰਿਆ ਤੂੰ ਠੇਕੇਦਾਰ ਆ ਯਾਰ ਨਾ ਹਸਪੀਟਲ ਦਾ ਠੇਕਾ ਨਾ ਲੈ ਲਵਾਂ ਉੱਥੇ ਬਹੁਤ ਚਾਦਰਾਂ ਹੁੰਦੀਆਂ ਨੇ ਯਾਰ ਭਾਈ ਤੇਰੀ ਮਿਹਰਬਾਨੀ ਸਾਡੇ ਨਾਲ ਕੋਈ ਖੁਸ਼ੀ ਵਾਲੀ ਗੱਲ ਕਰ ਅੱਛਾ ਯਾਰ ਜਿਹੜਾ ਬੱਚਿਆਂ ਨਾਲ ਝੱਲੀਆਂ ਬੰਨੀਆਂ ਹੁੰਦੀਆਂ ਅਕਸਰ ਹੈ ਨਾ ਮੰਜੀਆਂ ਮੁੰਜੀਆਂ ਨੂੰ ਹਾਂਜੀ ਉਹ ਝੱਲੀ ਧੋ ਦਿਓਗੇ ਸਾਨੂੰ ਯਾਰ ਭਾਈ ਤੇਰਾ ਦਿਮਾਗ ਠੀਕ ਆ ਤੁਸੀਂ ਲਿਆਓ ਕੁਝ ਲਿਆਓਗੇ ਤੇ ਧੋਵਾਂਗੇ ਉਹ ਝੱਲੀ ਧੋ ਲੈਂਦੇ ਜਿਹੜੀ ਅੰਗੂਰਾਂ ਦੇ ਵੀ ਅੰਜਰ ਦੇ ਮਾਰੀ ਯਾਰ ਤੁਸੀਂ ਤੇ ਸਾਨੂੰ ਝੱਲੀ ਮਾਰੀ ਜਾਂਦੇ ਹੋ ਭਾਈ ਭਾਈ ਇਹ ਮਸ਼ੀਨਾਂ ਵੇਖ ਰਹੇ ਹੋ ਤੁਸੀਂ ਇਹ ਸਾਰੀਆਂ ਤੁਹਾਡੀਆਂ ਨੇ ਹਾਂਜੀ ਭਾਈ ਵਾਹ
ਬਹੁਤ ਇਹ ਮਸ਼ੀਨਾਂ ਵੇਖ ਰਹੇ ਹੋ ਨਾ ਕਿੰਨੇ ਕੁ ਪੈਸੇ ਲਾਏ ਜਿਸ ਕੰਮ ਦੇ ਪੈਸੇ ਤਾਂ ਬੜੇ ਲੱਗੇ ਭਾਈ ਤੁਸੀਂ ਛੱਡੋ ਇਹ ਅੰਦਾਜ਼ਾ ਨੂੰ ਐਸੇ ਹੀ ਭਾਈ ਤੁਸੀਂ ਕਿਹੜਾ ਹਿਸਾਬ ਲੈਣ ਤੁਰ ਪਏ ਆਹ ਮਸ਼ੀਨਾਂ ਲੱਗੀਆਂ ਸਿਲੰਡਰ ਵੇਖੋ ਚੱਲਦੇ ਅੱਗਾਂ ਬਲਦੀਆਂ ਇੱਧਰ ਭਾਈ ਸਾਰਾ ਪਾਣੀ ਦਾ ਨਿਜ਼ਾਮ ਹੈ ਧੋਣ ਦਾ ਆ ਪਰੇ ਅੰਦਰ ਭਾਈ ਇਸਤਰੀ ਵਾਲਾ ਪਾਣੀ ਨਹੀਂ ਹੁੰਦਾ ਅੰਦਰ छोटा काम नहीं है बेफिक्र एक टाइम मशीन किन्ने कपड़े पै जाते एक टाइम पै जी कोई 200 कपड़ा पै जाता जी कठा हाँ जी बड़ी गल है बंदा मशीन कपड़े ना पवे सुने गेट तो कुत्ता भी पै जाता ਭਾਈ ਉਹ ਕਿਸ ਤਰ੍ਹਾਂ ਪਏਗਾ ਉਹ ਤੇ ਮੇਰੇ ਨਾਲ ਗੱਲਾਂ ਕਰਨ ਦੇ ਆ ਭਾਈ ਤੁਸੀਂ ਕਹਿ ਹੋਈਆਂ ਸਾਨੂੰ ਖਪਾਉਣ ਲਈ ਗੱਲਾਂ ਕਰਦੇ ਪਏ ਤੁਸੀਂ ਗੱਲ ਨਹੀਂ ਸਮਝਦੇ ਵੱਡਾ ਮੇਰੇ ਕੋਲ ਚੱਕ ਝੁਮਰਾ ਸੁਣਿਆ ਤੁਸੀਂ ਹਾਂਜੀ ਮੈਂ ਗਿਆ ਉੱਥੇ ਅਸੀਂ ਨਾ ਪੇਂਡੂ ਹੋਟਲ ਬਣਾਇਆ ਅੱਛਾ ਤੁਸੀਂ ਬਣਾਇਆ ਅਸੀਂ ਅੱਛਾ 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 ਪੇਂਡੂ ਹੋਟਲ ਅੱਛਾ ਜੀ ਜਦ ਤੱਕ ਬੰਦਾ ਉੱਥੇ ਨਾ ਸਾਡੇ ਕੋਲ ਪੂਰੇ ਸਾਲ ਦਾ ਸਟਾਕ ਪਿਆ ਬੰਦ ਕਰਤਾ ਸੀ ਕਿਸੇ ਵਜ੍ਹਾ ਤੋਂ ਅੱਛਾ ਅੱਛਾ ਯਾਨੀ ਤੁਸੀਂ ਪਿੱਛੇ ਬੰਦ ਕੀਤਾ ਹੋਣਾ ਮੈਂ ਚਾਹ ਰਿਹਾ ਕੋ ਸਾਰੀਆਂ ਚੀਜ਼ਾਂ ਦੁਬਾਰਾ ਨਵੇਂ ਸਿਰੇ ਤੋਂ ਉੱਪ ਜਾਣ ਬਿਲਕੁਲ ਤੁਸੀਂ ਉੱਥੋਂ ਦੇ ਜਿਹੜੇ ਕੱਪੜੇ ਆ ਉਹ ਤੁਸੀਂ ਸਾਨੂੰ ਦੇ ਦਿਓ ਭਾਈ ਤੁਸੀਂ ਬਿਲਕੁਲ ਸਹੀ ਕੰਮ ਕਰੋਗੇ ਭਾਈ ਸਾਡੇ ਮਹਿਮਾਨ ਸਾਡੇ ਕੋਲ ਇੱਥੇ ਦੂਰੋਂ ਦੂਰੋਂ ਕਸਟਮਰ ਆਉਂਦੇ ਆ ਦੂਰੋਂ ਦੂਰੋਂ ਅੱਖੀਆਂ ਮਾਰੇ ਉਹ ਤੁਹਾਡੇ ਕੋਲ ਆਉਂਦੇ ਨੇ ਯਾਰ ਭਾਈ ਤੁਸੀਂ ਤੇ ਗਾਣੇ ਦੀ ਗੱਲ ਕਰ ਭਾਈ ਸਾਡੇ ਕੋਲ ਦੂਰੋਂ ਦੂਰੋਂ ਕਸਟਮਰ ਆਉਂਦੇ ਆ ਉਹ ਸਾਡੇ ਕੋਲ ਕੱਪੜੇ ਲਿਆਉਂਦੇ ਕੱਪੜੇ ਦਾ ਆਰਡਰ ਸਾਨੂੰ ਦੇ ਕੇ ਜਾਂਦੇ ਅਸੀਂ ਧੋ ਦਿੰਦੇ ਆ ਇਹਨਾਂ ਉਹ ਚੱਕ ਚੁਬਰੇ ਸਾਡਾ ਹੋਟਲ ਆ ਅੱਛਾ ਜੀ ਖੋਤਿਆਂ ਉੱਤੇ ਕੱਪੜੇ ਰੱਖਾਂਗੇ ਤੁਹਾਡਾ ਲੱਕ ਪੀੜ ਤੇ ਨਹੀਂ ਹੁੰਦਾ ਭਾਈ ਮੈਨੂੰ ਕਾਦੀ ਤਕਲੀਫ ਤੁਹਾਡੇ ਦੇ ਵੀ ਰੱਖਣੇ ਪੈਣਗੇ ਨਾ ਵਿੱਚ ਤੁਸੀਂ ਖੋਤੇ ਸਮੇਤ ਵਿੱਚ ਸੁੱਟ ਦਿਓ ਖੋਤਾ ਵੀ ਨਾ ਲੇਗਾ ਕੱਪੜੇ ਵੀ ਧੋ ਜਾਣਗੇ ਭਾਈ ਤੁਹਾਡਾ ਦਿਮਾਗ ਖਰਾਬ ਆ ਅਸੀਂ ਸਿਰਫ ਕੱਪੜੇ ਧੋਨੇ ਆ ਜਨਾਬ ਤੁਸੀਂ ਉਹ ਨਹੀਂ ਜਿਹਨਾਂ ਨੂੰ ਮਹੱਲੇ 'ਚ ਕਹਿੰਦੇ ਨੇ ਗਦੇ ਮੱਤ ਬਨੋ ਭਾਈ ਕੀ ਤੁਸੀਂ ਕਿਹੋ ਜੀ ਗੱਲ ਕਰਦੇ ਆ ਕੱਪੜੇ ਧੋਨੇ ਆ ਤੁਸੀਂ ਤੁਹਾਡੀ ਸਮਝ ਗੱਲ ਅੱਛਾ 5,500 ਸਰਾਣਾ ਹਾਂਜੀ ਤੇ ਦੋ ਬੈੱਡ ਸ਼ੀਟਾਂ ਕਿੰਨੇ ਪੈਸੇ ਇਹ ਭਾਈ 80 ਰੁਪਏ ਅਸੀਂ ਲਾਂਗੇ ਸਰਾਣੇ ਦੇ ਅੱਛਾ ਤੇ 130 ਰੁਪਏ ਲਾਂਗੇ ਸ਼ੀਟ ਦੇ ਬੈੱਡ ਸ਼ੀਟ ਦਰੀਆਂ ਜ਼ਮੀਨ ਤੇ ਵਿਛਾਈਆਂ ਸੀ ਉਹਨਾਂ 'ਚ ਬਹੁਤ ਘੱਟਾ ਹੈ ਹਾਂਜੀ ਹਾਂਜੀ ਉਹ ਧੋ ਲਓਗੇ ਹਾਂਜੀ ਉਹ ਧੋ ਲਾਂਗੇ ਜੀ ਉਹਦਾ ਫਿਰ ਤੁਸੀਂ ਸਹੀ ਨਾ ਧੋਵੋ ਅਸੀਂ ਆਣ ਕੇ ਜੀ ਹੇਠ ਘੱਟਾ ਹੀ ਇਹ ਨਹੀਂ ਹੋਣਾ ਚਾਹੀਦਾ ਭਾਈ ਤੁਸੀਂ ਕਿਹੜੀ ਘੱਟੇ ਵਾਲੀ ਗੱਲ ਲੈ ਕੇ ਬੈਠੇ ਤੁਸੀਂ ਲਿਆਓ ਇੱਥੇ ਆ ਵੇਖਣਾ 150 ਰੁਪਏ ਦਰੀ ਦਾ ਜਿਹੜੀ 150 ਦਰੀ ਹੈ ਹਾਂਜੀ ਬਹੁਤ ਘੱਟਾ ਉਹ ਘੱਟੇ ਤੋਂ ਘੱਟ ਤੂੰ ਕਿੰਨੇ ਕੁ ਦੀ ਧੋਏਗਾ ਉਹ ਘੱਟੇ ਤੋਂ ਘੱਟੇ ਤੇ ਕਿੰਨੀ ਕੁ ਘਟੇਗੀ ਭਾਈ ਤੁਸੀਂ ਆਪ ਹਿਸਾਬ ਲਾ ਲਓ ਤੁਸੀਂ ਹਰ ਗੱਲ ਤੋਂ ਬਾਅਦ ਘੱਟ ਘੱਟ ਜਾ ਰਹੇ ਹੋ ਮੈਂ ਕਹਿ ਰਿਹਾ ਕਿ ਪੈਸੇ ਕਿੰਨੇ ਲੱਗ ਜਾਣਗੇ ਸਾਡਾ ਆਰਡਰ ਵੱਡਾ ਵਾ ਤੁਸੀਂ ਬੇਫਿਕਰ ਹੋਏ ਟੈਨਸ਼ਨ ਨਾ ਲਓ ਤੁਸੀਂ ਆਰਡਰ ਲਿਓ ਇੱਧਰ ਆਓ ਮੈਂ ਤੁਹਾਨੂੰ ਥੋੜ੍ਹਾ ਇੱਧਰ ਵਿਖਾਵਾਂ ਤੁਹਾਨੂੰ ਆ ਵੇਖੋ ਭਾਈ ਆਇਓ ਵਾਪਸ ਆਓ ਭਾਜੀ ਮੈਂ ਤੁਹਾਨੂੰ ਵਿਖਾਤਾ ਸਾਰਾ ਆਇਓ ਕੋਈ ਚੀਜ਼ ਨਾ ਚੁੱਕ ਲੈਣਾ ਇੱਧਰ ਆਓ ਭਾਜੀ ਇੱਥੇ ਦੇਖੋ ਇਹ ਤੁਸੀਂ ਹੁਣ ਵੇਖਿਆ ਸਾਰੀਆਂ ਮਸ਼ੀਨਾਂ ਵੇਖ ਲਈਆਂ ਜੀ ਆਹੋ ਹੁਣ ਤੁਹਾਨੂੰ ਯਕੀਨ ਆ ਕਿ ਅਸੀਂ ਧੋ ਸਕਦੇ ਹਾਂ ਜਿੱਡਾ ਮਰਜ਼ੀ ਆਰਡਰ ਹੋਵੇ ਬਿਲਕੁਲ ਸਹੀ ਗੱਲ ਭਾਜੀ ਅਸੀਂ ਤੰਬੂ ਕਨਾਤਾਂ ਕੱਢ ਕੇ ਨਾ ਬਾਕੀ ਹਰ ਚੀਜ਼ ਧੋਨੇ ਆ ਅੱਛਾ ਗੱਲ ਸਾਰੀ ਆਪਣੀ ਜਗ੍ਹਾ ਰਹੀ ਹਾਂਜੀ ਮੈਂ ਭਾਈ ਜਨ 5,000 ਟਿਸ਼ੂ ਧੋ ਲਾਂ ਕਿ ਲੋ ਚੱਲ ਭਾਈ ਕੰਮ ਚੱਲਦਾ ਉਹ ਕੰਮ ਤੇ ਸੁਣੋ ਭਾਈ ਚੱਲਦਾ